ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਇੱਕ ਤਰੀਕ ਤੋਂ ਜਿਹੜੇ ਪੇਪਰ ਹਨ ਆਨਲਾਈਨ ਮੋਡ ਰਹੀ ਪੰਜਾਬ ਯੂਨੀਵਰਸਿਟੀ ਪਟਿਆਲ ਵੱਲੋਂ ਸਟਾਰਟ ਕੀਤੇ ਜਾ ਰਹੇ ਨੇ ਇਸ ਲਈ ਇਸ ਵਾਰ ਯੂਨੀਵਰਸਿਟੀ ਵੱਲੋਂ ਜਿਹੜੀਆਂ ਪ੍ਰੀਖਿਆਵਾਂ ਦੇ ਲਈ ਗਾਈਡਲਾਈਨਸ ਨੇ ਉਸ ਦੇ ਵਿੱਚ ਕੁਝ ਚੇਂजेस ਬਦਲਾਅ ਕੀਤੇ ਗਏ ਹਨ ਜੇਕਰ ਤੁਸੀਂ ਇੱਕ ਤਰੀਕ ਤੋਂ ਪੇਪਰ ਦੇਣ ਜਾ ਰਹੇ ਹੋ ਤਾਂ ਇੰਨਾ ਚੇਂजेस ਨੂੰ ਜ਼ਰੂਰ ਨੋਟ ਕਰ ਲੈਣਾ ਤਾਂ ਜੋ ਤੁਸੀਂ ਇਸ ਤੋਂ ਵਾਂਝੇ ਨਾ ਰਹਿ ਜਾਓ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਪ੍ਰੈਸ ਕਰ ਦੇਣਾ ਤਾਂ ਜੋ ਵਕਵਕ ਯੂਨੀਵਰਸਟੀਆਂ ਦੀ ਲ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸੋ ਅੱਜ ਦੀ ਵੀਡੀਓ ਸਟਾਰਟ ਕਰਨ ਜਾ ਰਹੇ ਹਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਪੰਜਾਬ ਯੂਨੀਵਰਸਿਟੀ ਪਟਿਆਲਾ ਵੱਲੋਂ ਜਿੰਨੇ ਵੀ ਪੇਪਰ ਲਏ ਜਾਣਗੇ ਉਹ ਸਾਰੇ ਔਨਲਾਈਨ ਮੋਡ ਵਿੱਚ ਲਏ ਜਾਣਗੇ ਪੰਜਾਬ ਯੂਨੀਵਰਸਿਟੀ ਪਟਿਆਲਾ ਵੱਲੋਂ ਪਿਛਲੇ ਦਿਨਾਂ ਵਿੱਚ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ ਕਿ ਪਹਿਲੇ ਸਮੈਸਟਰ ਦੀਆਂ ਡੇਟਸ਼ੀਟਸ ਅਪਲੋਡ ਹੋ ਰਹੀਆਂ ਹਨ ਉਸੇ ਲੜੀ ਦੇ ਤਹਿਤ ਪੰਜਾਬ ਯੂਨੀਵਰਸਿਟੀ ਪਟਿਆਲਾ ਵੱਲੋਂ 29 ਤਰੀਕ ਤੋਂ ਵੱਖ-ਵੱਖ ਕੋਰਸਾਂ ਦੇ ਰੈਗੂਲਰ ਰੀਪੀਅਰ ਅਤੇ ਡਿਸਟੈਂਸਾਰੇ ਵਿਦਿਆਰਥੀਆਂ ਦੀਆਂ ਡੇਟਸ਼ੀਟਸ ਜਿਹੜੀਆਂ ਨੇ ਤੀਜੇ ਪੰਜਵੇਂ ਸੱਤਵੇਂ ਸਮੈਸਟਰ ਦੀ ਇਹ ਸਾਰੇ ਵਿਦਿਆਰਥੀਆਂ ਦੀਆਂ ਡੇਟਸ਼ੀਟਸ ਜਿਹੜੀਆਂ ਨੇ ਅਪਲੋਡ ਕਰ ਦਿੱਤੀਆਂ ਗਈਆਂ ਹਨ 29 ਤਰੀਕ ਤੋਂ ਇਹ ਡੇਟਸ਼ੀਟਸ ਜਿਹੜੀਆਂ ਨੇ ਅਪਲੋਡ ਹੋਣੇ ਸ਼ੁਰੂ ਹੋ ਚੁੱਕੀਆਂ ਹਨ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਸਮੈਸਟਰ 5ਵਾਂ ਅਤੇ ਸਮੈਸਟਰ 3ਜਾ ਇਹਨਾਂ ਦੇ ਰੈਗੂਲਰ ਰੀਪੀਅਰ ਦੀ ਡੇਟਸ਼ੀਟ ਜਿਹੜੀ ਅਪਲੋਡ ਹੋ ਚੁੱਕੀ ਹੈ ਇਸ ਦੇ ਨਾਲ ਹੀ ਵੱਖ-ਵੱਖ ਕੋਰਸ ਜਿਵੇਂ ਕਿ ਬੀਐਸਸੀ ਬੀਐਸਸੀ ਬੀਐਡ ਇਸ ਦੇ ਨਾਲ ਹੀ ਬੀਏ ਸਮੈਸਟਰ 3ਜਾ ਤੇ ਬੀਏ ਸਮੈਸਟਰ 5ਵਾਂ ਰੈਗੂਲਰ ਡਿਸਟੈਂਸ ਅਤੇ ਪ੍ਰਾਈਵੇਟ ਇਹਨਾਂ ਦੇ ਸਾਰੇ ਵਿਦਿਆਰਥੀਆਂ ਦੀ ਡੇਟਸ਼ੀਟ ਜਿਹੜੀ ਅਪਲੋਡ ਹੋ ਚੁੱਕੀ ਹੈ ਇਸ ਦੇ ਜਿਵੇਂ ਕਿ ਯੂਨੀਵਰਸਿਟੀ ਵੱਲੋਂ ਗਾਈਡਲਾਈਨਸ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਹਨ ਜੇਕਰ ਤੁਸੀਂ ਗਾਈਡਲਾਈਨਸ ਨੂੰ ਓਪਨ ਕਰਕੇ ਦੇਖਦੇ ਹੋ ਸੋ ਪੰਜਾਬ ਯੂਨੀਵਰਸਿਟੀ ਪਟਿਆਲਾ ਵੱਲੋਂ ਗਾਈਡਲਾਈਨਸ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਸਾਰੇ ਕੋਰਸਾਂ ਦੇ ਰੀਪੀਅਰ ਪ੍ਰੀਖਿਆਵਾਂ ਵਾਸਤੇ ਵਿਦਿਆਰਥੀਆਂ ਦੇ ਲਈ ਸੋ ਇਹ ਗਾਈਡਲਾਈਨਸ ਦੇ ਵਿੱਚ ਕੁਝ ਚੇਂਜੇਸ ਕੀਤੇ ਗਏ ਹਨ ਸੋ ਸਾਰੀ ਵੀਡੀਓ ਧਿਆਨ ਨਾਲ ਸੁਣਨਾ ਤਾਂ ਜੋ ਜਿੰਨੇ ਵੀ ਚੇਂਜੇਸ ਹੋਏ ਹਨ ਉਹ ਤੁਸੀਂ ਧਿਆਨ ਨਾਲ ਨੋਟ ਕਰ ਸਕੋ ਜੇਕਰ ਆਪਾਂ ਗਾਈਡਲਾਈਨਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਵਿਦਿਆਰਥੀਆਂ ਨੂੰ ਦੱਸਿਆ ਗਿਆ ਹੈ ਕਿ ਪ੍ਰਸ਼ਨ ਪੱਤਰ ਜਿਹੜੇ ਕਾਲਜ ਦੀ ਵੈਬਸਾਈਟ ਤੇ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਜਿਹੜੇ ਯੂਨੀਵਰਸਿਟੀ ਦੀ ਵੈਬਸਾਈਟ ਤੇ ਅਪਲੋਡ ਅਪਲੋਡ ਕਰ ਦਿੱਤੇ ਜਾਣਗੇ। ਸੋ ਜਿੰਨੇ ਵੀ ਵਿਦਿਆਰਥੀ ਨੇ ਆਪਣੇ ਸੰਪਰਕ ਸਹਿਣ ਤਾਂ ਕਿ ਉਹ ਹਦਾਇਤਾਂ ਦਾ ਪਾਲਨ ਕਰ ਸਕਣ। ਸੋ ਦੂਜਾ ਇਹ ਹੈ ਕਿ ਜਿਹੜੇ ਪ੍ਰਾਈਵੇਟ ਵਿਦਿਆਰਥੀ ਹਨ ਉਹ ਪ੍ਰਸ਼ਨ ਪੱਤਰ ਡਾਊਨਲੋਡ ਜਿਹੜੇ ਕਰਨੇ ਹਨ ਉਹਨਾਂ ਨੂੰ ਐਡਮਿਟ ਕਾਰਡ ਦੇ ਉੱਪਰ ਲਿੰਕ ਦਿੱਤਾ ਜਾਵੇਗਾ। ਉੱਥੋਂ ਡਾਊਨਲੋਡ ਕਰ ਸਕਦੇ ਹਨ। ਬਾਕੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ 4 ਘੰਟੇ ਦਾ ਸਮਾਂ ਹੈ ਜਿਸ ਦੇ ਵਿੱਚ ਤੁਸੀਂ ਸਾਰੇ ਪੇਪਰ ਹੱਲ ਕਰਨਾ ਹੈ। ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ 16 A4 ਸ਼ੀਟਾਂ ਤੁਸੀਂ ਯੂਜ਼ ਕਰ ਸਕਦੇ ਇੱਕ ਪਾਸੇ ਹੀ ਲਿਖਣਾ ਹੈ ਉੱਪਰ ਜਿਹੜਾ ਸੀਰੀਅਲ ਆਰਡਰ 1 2 3 4 ਇਸ ਤਰੀਕੇ ਨਾਲ ਕਰਨਾ ਹੈ ਨੀਲੇ ਪੈਨ ਦੀ ਵਰਤੋਂ ਕਰਨੀ ਹੈ ਤਾਂ ਇਹ ਸਾਰੀਆਂ ਜਿਹੜੀਆਂ ਇਨਸਟਰਕਸ਼ਨਸ ਪਹਿਲਾਂ ਦੀ ਤਰ੍ਹਾਂ ਹੀ ਸੇਮ ਹਨ ਉੱਪਰ ਆਈ ਬਟਨ ਦੇ ਉੱਪਰ ਤੁਹਾਨੂੰ ਇੱਕ ਵੀਡੀਓ ਦਾ ਲਿੰਕ ਮਿਲ ਜਾਏਗਾ ਲਾਸਟ ਦੇ ਵੀਡੀਓ ਦੇ ਐਂਡ 'ਚ ਵੀ ਔਰ ਉੱਪਰ ਆਈ ਬਟਨ ਦੇ ਉੱਪਰ ਤੁਸੀਂ ਇਸ ਵੀਡੀਓ ਨੂੰ ਜੇਕਰ ਕੰਪਲੀਟ ਦੇਖ ਲੈਣੇ ਤਾਂ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਕਿ ਤੁਸੀਂ PDF ਕਿਵੇਂ ਸਕੈਨ ਕਰਨੀਆਂ ਹਨ ਕਿਵੇਂ ਅਪਲੋਡ ਕਰਨੀਆਂ ਹਨ ਕਿਵੇਂ ਈਮੇਲ ਕਰਨੀ ਹੈ ਸੋ ਇਹ ਵੀ ਪੁਆਇੰਟ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ 50% ਪੇਪਰ ਹੱਲ ਕਰਨਾ ਹੈ ਯਾਨੀ ਕਿ ਜੇਕਰ 9 ਕੁਐਸਚਨ ਹਨ ਤਾਂ ਸਿਰਫ 4 ਕੁਐਸਚਨ ਜਿਹੜੇ ਹੱਲ ਕਰਨੇ ਹਨ ਜਿਹੜੀ ਧਿਆਨ ਦੇਣ ਵਾਲੀ ਹੈ ਜੋ ਯੂਨੀਵਰਸਿਟੀ ਨੇ ਇਸ ਵਾਰ ਚੇਂਜ ਕੀਤਾ ਹੈ ਕਿ ਤੁਸੀਂ ਜਿਹੜੇ ਕ੍ਰਮ ਅਨੁਸਾਰ ਸ਼ੀਟਾਂ ਨੇ ਉਹ ਸਕੈਨ ਕਰਕੇ ਈਮੇਲ ਰਾਹੀਂ ਜਾਂ ਜਿਹੜੇ ਵੀ ਮਾਧਿਅਮ ਰਾਹੀਂ ਹੈ ਉਹ ਤੁਸੀਂ ਭੇਜਣੀਆਂ ਹਨ ਸੋ ਜੇਕਰ ਤੁਸੀਂ ਪੀਡੀਐਫ ਬਣਾ ਕੇ ਤੁਹਾਡੇ ਕੋਲ ਇਹੋ ਜਿਹਾ ਕੋਈ ਸਾਧਨ ਨਹੀਂ ਹੈ ਤਾਂ ਤੁਸੀਂ ਨੇੜਲੇ ਕਿਸੇ ਵੀ ਕਾਲਜ ਜਾ ਕੇ ਆਪਣੀ ਆਨਸਰ ਸ਼ੀਟ ਨੂੰ ਸਬਮਿਟ ਕਰਾ ਸਕਦੇ ਹੋ ਸੋ ਜਿਹੜੀ ਗੱਲ ਨੋਟ ਕਰਨ ਵਾਲੀ ਹੈ ਕਿ ਰੀਪੀਅਰ ਵਿਦਿਆਰਥੀ ਜਿਹੜੇ ਨੇ ਉਹਨਾਂ ਨੇ ਆਨਲਾਈਨ ਆਪਣੇ ਪੇਪਰ ਸਬਮਿਟ ਨਹੀਂ ਕਰਾਣੇ ਉਹਨਾਂ ਨੇ ਆਪਣੇ ਸਬੰਧਿਤ ਵਿਭਾਗ ਜਾਂ ਕਾਲਜ ਨੂੰ ਆਪਣੀਆਂ ਆਨਸਰ ਸ਼ੀਟਾਂ ਹਾਰਡ ਕਾਪੀ ਦੇ ਤੌਰ ਤੇ ਸਬਮਿਟ ਕਰਾਣੀਆਂ ਜਿਹੜੇ ਪ੍ਰਾਈਵੇਟ ਦੇ ਅਰਥੀ ਹਨ ਉਹ ਆਪਣੇ ਜਿਹੜੇ ਆਨਸਰ ਸ਼ੀਟਾਂ ਨੂੰ ਸਪੀਡ ਪੋਸਟ ਜਾਂ ਰਜਿਸਟਰਡ ਡਾਕ ਰਾਹੀਂ ਜਿਹੜੇ ਹਨ ਇੱਕ ਦਿਨ ਦੇ ਅੰਦਰ ਅੰਦਰ ਭੇਜਣੇ ਜ਼ਰੂਰੀ ਹਨ ਸੋ ਇਹਨਾਂ ਪੇਪਰਾਂ ਦੀ ਰੀ ਚੈਕਿੰਗ ਜਿਹੜੀ ਹੈ ਉਹ ਨਈ ਅਵੇਲੇਬਲ ਹੋ ਇਸ ਤਰੀਕੇ ਨਾਲ ਜਿਹੜਾ ਹੈ ਤੁਸੀਂ ਯੂਨੀਵਰਸਿਟੀ ਨੇ ਗਾਈਡਲਾਈਨਸ ਆ ਰਹੀਆਂ ਸੁਣ ਚੁੱਕੇ ਹੋ ਤਾਂ ਇਹ ਇੱਕ ਫਾਰਮੈਟ ਹੈ ਜਿਹੜਾ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਗਿਆ ਹੈ ਸੋ ਇਸ ਵਾਰ ਯੂਨੀਵਰਸਿਟੀ ਵੱਲੋਂ ਕੁਝ ਚੇਂजेस ਕੀਤੇ ਗਏ ਹਨ ਜਿਵੇਂ ਕਿ ਰੀਪੇਅਰ ਵਿਦਿਆਰਥੀਆਂ ਦੇ ਲਈ ਜੋ ਕਿ ਆਪਣੇ ਆਨਸਰ ਸ਼ੀਟਾਂ ਜਿਹੜੇ ਨੇ ਉਹ ਪੀਡੀਐਫ ਸੈਂਟ ਨਹੀਂ ਕਰਨਗੇ ਖੁਦ ਜਾ ਕੇ ਡਿਪਾਰਟਮੈਂਟ ਜਾਂ ਆਪਣੇ ਕਾਲਜ ਨੂੰ ਸਬਮਿਟ ਕਰਾਉਣਗੇ